ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਲਿਖੀ ਇੱਕ ਅਮੋਲਕ ਲਿਖਤ ਪਿਆਰੇ ਦਾ ਪਿਆਰੇ ਦਾ ਅਗਲਾ ਹਿੱਸਾ ਆਓ ਪਿਆਰ ਨਾਲ ਸਰਵਣ ਕਰੀਏ ਜੀ ਤੀਜੇ ਦਿਨ ਅੱਧੀ ਰਾਤ ਵੇਲੇ ਉਹਦੇ ਬੁੱਲ ਖੁੱਲੇ ਤੇ ਠੰਡੇ ਸਾਹ ਦੀ ਆਵਾਜ਼ ਆਈ ਇਸ ਤੇ ਮਗਰੋਂ ਆਵਾਜ਼ ਆਈ ਤਨ ਨਾਨਕ ਤੇ ਨੇਤਰ ਖੁੱਲੇ ਨੇਤਰ ਕੀ ਖੁੱਲੇ ਮੇਰੇ ਲਈ ਖੁਸ਼ੀ ਬੰਦੀਖਾਨੇੋਂ ਖੁੱਲ ਗਈ ਮੈਂ ਖੁੱਲੇ ਨੇਣ ਵੇਖ ਕੇ ਬੜੀ ਖੁਸ਼ ਹੋਈ ਤੇ ਆਖਿਆ ਹੇ ਚੰਗਿਆ ਸਭ ਤੋਂ ਚੰਗਿਆ ਪ੍ਰਾਦਨ ਹਾਂ ਉਹਨਾਂ ਨੇਤਰਾਂ ਨੇ ਮੇਰੇ ਵੱਲ ਡਿੱਠਾ ਤੇ ਫਿਰ ਬੰਦ ਹੋ ਗਏ ਪਰ ਜੀਵ ਨੇ ਪੁੱਛਿਆ ਮੈਂ ਕਿੱਥੇ ਹਾਂ ਦਦੂ ਮੈਂ ਉਸ ਦੇ ਕੰਨਾਂ ਦੇ ਕੋਲ ਮੂੰਹ ਕਰਕੇ ਸਾਰੀ ਵਿਥਿਆ ਸੁਣਾਈ ਤੇ ਗੱਲ ਵੀ ਆਖੀ ਪਰ ਫੇਰ ਨਾ ਨੈਣ ਖੁੱਲੇ ਤੇ ਨਾ ਬੁੱਲ ਕੋਈ ਚੌਥੇ ਦਿਨ ਸਵੇਰਸਾਰ ਫੇਰ ਆਵਾਜ਼ ਆਈ ਮੰਦਾ ਮੂਲ ਨਾ ਕੀ ਚਈ ਦਿਲ ਮੀ ਨਦਰ ਨਿਹਾਲੀ ਐ ਜਿਉਂ ਸਾਹਿਬ ਨਾਲ ਨਾ ਹਾਰੀ ਐ ਤੇ ਵੇਹਾ ਪਾਸਾ ਢਾਲੀ ਐ ਕਿਛ ਲਾਹੇ ਉਪਰ ਕਾ ਲੀਐ ਪਰ ਮੈਂ ਉਸ ਵੇਲੇ ਸਾਰੀ ਗੱਲ ਨਾ ਸਮਝੀ ਹਾਂ ਇਹਨਾਂ ਸਮਝੀ ਜੋ ਕਹਿੰਦਾ ਹੈ ਮੇਰੇ ਨਾਲ ਤੂੰ ਮੰਦਾ ਕੀਤਾ ਹੈ ਇਹ ਨਹੀਂ ਸੀ ਕਰਨਾ ਤੀਰ ਚਲਾਉਣ ਵੇਲੇ ਚੰਗੀ ਤਰ੍ਹਾਂ ਵੇਖ ਤਾਂ ਲੈਣਾ ਸੀ ਮੈਂ ਉਡੀਕ ਦੀ ਸਾ ਕਿ ਹੁਣ ਆਖੇਗਾ ਕਿ ਤੈਨੂੰ ਮੈਂ ਕੈਦ ਕੀਤਾ ਇਸ ਪਾਪ ਬਦਲੇ ਪਰ ਫਿਰ ਨੈਣ ਖੁੱਲ ਗਏ ਤੇ ਮੇਰੇ ਵੱਲ ਤੱਕੇ ਫਿਰ ਬੁੱਲ ਖੁੱਲੇ ਤੇ ਕਹਿਣ ਲੱਗੇ ਤੁਸਾਂ ਬਹੁਤ ਸੇਵਾ ਕੀਤੀ ਹੈ ਤੀਰ ਤਾਂ ਮੈਨੂੰ ਮੇਰੇਆ ਪਾਪਾ ਨੇ ਲਾਇਆ ਸੀ ਪਰ ਤੁਸੀਂ ਬੜੇ ਚੰਗੇ ਹੋ ਜਿਨ੍ਹਾਂ ਸੇਵਾ ਕੀਤੀ ਹੈ ਰਾਜ਼ੀ ਰਹੋ ਇਹ ਕਹਿ ਕੇ ਉਹ ਸੋ ਗਿਆ ਸੁਤਾ ਤੱਕ ਕੇ ਮੈਂ ਮਾਂ ਕੋਲ ਜਾ ਕੇ ਤੇ ਗਲਕੜੀ ਪਾ ਕੇ ਕਿਹਾ ਦੇਖ ਲੈ ਮਾਂ ਉਹ ਮਨੁੱਖ ਕਿਹੜਾ ਚੰਗਾ ਹੈ ਆਖਦਾ ਹੈ تیر ਤੂੰ ਨਹੀਂ ਮਾਰਿਆ تیر ਮੇਰੇ ਪਾਪਾ ਨੇ ਮਾਰਿਆ ਹੈ ਤੇ ਤੂੰ ਚੰਗੀ ਹੈ ਜੋ ਸੇਵਾ ਕਰਦੀ ਪਈ ਹੈ ਦੇਖ ਮਾਂ ਜੋ ਪਾਪੀ ਨੂੰ ਚੰਗਾ ਪਿਆ ਆਖਦਾ ਏ ਅਮੀਏ ਕਿੱਡਾ ਚੰਗਾ ਹੋਇਆ ਮੈਂ ਤੈਨੂੰ ਆਖਿਆ ਸੀ ਨਾ ਕਿ ਉਹ ਬਾਪੂ ਜੀ ਤੋਂ ਵੀ ਵਧੇਕ ਚੰਗਾ ਲੱਗਦਾ ਹੈ ਭਲਾ ਬਾਪੂ ਜੀ ਕਦੇ ਪਾਪੀ ਨੂੰ ਚੰਗਾ ਆਖਣ ਉਹ ਤਾਂ ਪਾਪੀਆਂ ਨੂੰ ਫਾਹਲਾ ਦਿੰਦੇ ਹਨ ਤੇ ਇਹ ਆਖਦਾ ਹੈ ਤੂੰ ਚੰਗੀ ਹੈ ਮਾਂ ਹੱਸ ਪਈ ਤੇ ਕਹਿਣ ਲੱਗੀ ਜਾ ਅੱਜ ਖੁੰਡੀ ਦੀ ਖੇਡ ਖੇਡਾ ਮੈਂ ਕਿਹਾ ਮਾਂ ਜੀ ਨਹੀਂ ਕਰਦਾ پاس ਬੈਠੇ ਰਹਿਣ ਤੋਂ ਬਿਨਾ ਹੋਰ ਗੱਲ ਤੇ ਨਹੀਂ ਜੀ ਲੱਗਦਾ ਹੁਣ ਜੇ ਤੁਹਾਡੇ ਕੋਲ ਬੈਠੀ ਹਾਂ ਤਾਂ ਇਹੋ ਪਿਆ ਜੀ ਕਰਦਾ ਹੈ ਜੋ ਕਿਹੜਾ ਵੇਲਾ ਹੋਵੇ ਮੈਂ ਫਿਰ ਕੋਲ ਜਾ ਬੈਠਾਂ ਇਸ ਤਰ੍ਹਾਂ ਕਰਦਿਆਂ ਕੁਝ ਦਿਨ ਲੰਗੇ ਚੰਗੇ ਜੀ ਦਾ ਜੀ ਵੱਲ ਹੁੰਦਾ ਪਿਆ ਦਿਸੇ ਇੱਕ ਦਿਨ ਰਾਤ ਨੂੰ ਨੈਣ ਖੋਲੇ ਤੇ ਮੈਨੂੰ ਕੋਲ ਸਧਿਆ ਤੇ ਕਹਿਣ ਲੱਗੇ ਦੇਖ ਤੂੰ ਇੱਕ ਪਰਦੇਸੀ ਦੀ ਸੇਵਾ ਕੀਤੀ ਹੈ ਤੇ ਰਾਜੇ ਦੀ ਧੀ ਹੋ ਕੇ ਕੀਤੀ ਹੈ ਮੈਂ ਗਰੀਬ ਹਾਂ ਮੇਰੇ ਕੋਲ ਕੀ ਹੈ ਜੋ ਤੈਨੂੰ ਦੇਵਾਂ ਪਰ ਇੱਕ ਗੱਲ ਤੈਨੂੰ ਦੱਸਦਾ ਹਾਂ ਜੋ ਤੈਨੂੰ ਸੁੱਖ ਦੇਵੇਗੀ ਉਹ ਗੱਲ ਸਮਝ ਲੈ ਧਿਆਨ ਦੇ ਕੇ ਉਹ ਗੱਲ ਇਹ ਹੈ ਜੋ ਤੂੰ ਇਹ ਸਰੀਰ ਨਹੀਂ ਹੈ ਤੂੰ ਆਤਮਾ ਹੈ ਮੈਂ ਪੁੱਛਿਆ ਆਤਮਾ ਕੀ ਹੁੰਦੀ ਹੈ ਤਾਂ ਉਹਨਾਂ ਦਾ ਮੂੰਹ ਬੰਦ ਹੋ ਗਿਆ ਦੂਸਰੀ ਰਾਤ ਫਿਰ ਮੂੰਹ ਖੁੱਲ੍ਹਾ ਤੇ ਕਹਿਣ ਲੱਗੇ ਮੈਂ ਆਖਦਾ ਹਾਂ ਕਿ ਤੂੰ ਆਤਮਾ ਹੈ ਤੂੰ ਸਰੀਰ ਤੋਂ ਵੱਖਰੀ ਹੈ ਤੂੰ ਸਰੀਰ ਤੋਂ ਉੱਚੀ ਹੈ ਸਰੀਰ ਨਾ ਰਹੇ ਤੂੰ ਤਾਂ ਵੀ ਹੋਵੇਂਗੀ ਤੂੰ ਜੇ ਨਿਰਾਸ਼ਰੀਰ ਹੋਵੇਂ ਤਾਂ ਹੱਸ ਖੇਡ ਖਾ ਪੀ ਛੜਿਆ ਕਰ ਪਰ ਤੂੰ ਆਤਮਾ ਹੈ ਆਪ ਨੂੰ ਪਛਾਣਿਆ ਕਰ ਦੂਜਿਆਂ ਵਿੱਚ ਆਪਣੇ ਵਰਗੀ ਆਤਮਾ ਵੇਖਿਆ ਕਰ ਦੌਲਤ ਤੇ ਸ਼ਰੀਰ ਪਰਦੇ ਹਨ ਜੋ ਆਪਣੇ ਆਪ ਨੂੰ ਆਤਮਾ ਦਿਸਣ ਨਹੀਂ ਦਿੰਦੇ ਇਹਨਾਂ ਪਰਦਿਆਂ ਨੂੰ ਪਾੜ ਕੇ ਆਤਮਾ ਵੇਖਿਆ ਕਰ ਤੂੰ ਬਹੁਤ ਉੱਚੀ ਹੈ ਪਰ ਆਪਣੇ ਲਈ ਜੀ ਕੋ ਸੁਖ ਲੈਂਦੀ ਹੈ ਤੀ ਕੋ ਸੁਖ ਦਿਆ ਵੀ ਕਰ ਮੈਂ ਕਬਰ ਆ ਗਈ ਮੇਰੇ ਅੱਗੇ ਹਨੇਰਾ ਆ ਗਿਆ ਮੈਂ ਹਰਿਆਣ ਹੋ ਕੇ ਹੱਕੀ ਬੱਕੀ ਰਹਿ ਗਈ ਮੈਂ ਆਖਿਆ ਮੈਂ ਨਹੀਂ ਜਾਣਦੀ ਤੁਸੀਂ ਕੀ ਕਿਹਾ ਹੈ ਮੈਂ ਆਤਮਾ ਹਾਂ ਮੈਂ ਸ਼ਰੀਰ ਦੇ ਮੋਇਆਂ ਨਹੀਂ ਮਰਨਾ ਮੈਂ ਸੁਖ ਦੇਣਾ ਹੈ ਹਾਏ ਇਹ ਸੱਚ ਹੈ ਜੇ ਸੱਚ ਹੈ ਤਾਂ ਹੋਰ ਨਾ ਕਹੋ ਮੇਰਾ ਜੀ ਬੈਠਦਾ ਹੈ ਮੈਂ ਇਹ ਸ਼ਰੀਰ ਹੀ ਹਾਂ ਤੇ ਤੇਰੇ ਸ਼ਰੀਰ ਦੀ ਸੇਵਾ ਕਰਾਂ ਸੇਵਾ ਵਿੱਚ ਮਰ ਜਾਵਾਂ ਤੇ ਫਿਰ ਨਾ ਹੋਵਾਂ ਬਸ ਜੀ ਹੋਰ ਮੈਂ ਕੁਝ ਨਾ ਹਾਂ ਉਹ ਬੋਲੇ ਭੋਲੀਏ ਤੂੰ ਆਤਮਾ ਹੈ ਤੂੰ ਜ਼ਮੀਨ ਤੇ ਤੁਰਨ ਵਾਲੀ ਨਹੀਂ ਤੂੰ ਪੰਛੀਆਂ ਵਾਂਗੂ ਕਿਸੇ ਹੋਰ ਆਕਾਸ਼ ਦੀ ਉਡਣ ਵਾਲੀ ਹੈ ਤੂੰ ਮਿੱਟੀ ਮਾਸ ਹੱਡੀ ਲਹੂ ਨਹੀਂ ਤੂੰ ਚਾਨਣੇ ਵਾਂਗੂ ਜੋਤ ਸਰੂਪ ਹੈ ਨਿਰੀ ਰੋਣ ਪਿਟਣ ਹਸਣ ਖੇਡਣ ਵਾਲੀ ਨਹੀਂ ਪਰ ਸਦਾ ਸੁਖੀ ਸਦਾ ਆਨੰਦ ਹੈ ਮੈਂ ਡਰ ਕੇ ਅੱਖਾਂ ਮੀਟ ਲਈਆਂ ਤੇ ਆਖਿਆ ਹੇ ਸਭ ਤੋਂ ਚੰਗੇ ਮਨੁੱਖ ਮੈਨੂੰ ਕੁਝ ਹੁੰਦਾ ਜਾਂਦਾ ਹੈ ਮੈਨੂੰ ਉਹ ਕੁਝ ਹੁੰਦਾ ਹੈ ਜੋ ਬਾਪੂ ਜੀ ਕਾਇਰਾਂ ਨੂੰ ਆਖਦੇ ਹਨ ਹੁੰਦਾ ਹੈ ਹੋਰ ਨਾ ਦੱਸ ਮੈਂ ਤੇਰੀਆਂ ਗੱਲਾਂ ਦੇ ਮਗਰ ਮਗਰ ਜਤ ਜਾਂਦੀ ਹਾਂ ਤਦ ਮੈਂ ਐਨੀ ਸੁਗੜਦੀ ਤੇ ਫੈਲਰਦੀ ਹਾਂ ਕਿ ਗਵਾਚ ਜਾਂਦੀ ਹਾਂ ਨਾ ਕਹੋ ਮੈਂ ਆਤਮਾ ਹਾਂ ਫਿਰ ਉਹ ਕਹਿਣ ਲੱਗੇ ਹੇ ਚੰਗੀਏ ਜੋ ਸੇਵਾ ਕਰ ਸਕਦੀ ਹੈ ਸੁਣ ਤੂੰ ਆਤਮਾ ਹੈ ਤੇਰੇ ਵਿੱਚ ਮੂਹ ਨਹੀਂ ਹੈ ਤੇਰੇ ਵਿੱਚ ਲਭ ਨਹੀਂ ਹੈ ਤੂੰ ਮੰਗਣ ਵਾਲੀ ਨਹੀਂ ਤੂੰ ਤਾਂ ਧਾਤੀ ਹੈ ਤੂੰ ਸਭ ਨੂੰ ਇੱਕ ਸਾਰ ਪਿਆਰ ਕਰਨ ਵਾਲੀ ਹੈ ਹਾਂ ਤੂੰ ਅਚਾਹ ਹੈ ਤੂੰ ਉੱਚੀ ਹੈ ਆਪ ਨੂੰ ਪਛਾਣ ਹੁਣ ਮੈਨੂੰ ਉਹ ਲੱਗਾ ਜਿਸ ਨੂੰ ਡਰ ਕਰਕੇ ਸੁਣਦੀ ਹੁੰਦੀ ਸਾਂ ਹਾਂ ਮੈਂ ਸੱਚੀ ਮੁੱਚੀ ਡਰ ਗਈ ਮੈਂ ਸਹਿਮ ਕੇ ਬੈ ਗਈ ਮੈਂ ਚਾਹਾਂ ਜੋ ਕੰਨ ਬੰਦ ਕਰਾਂ ਜੋ ਹੋਰ ਸੁਣ ਕੇ ਡੋਰਪੋਰ ਨਾ ਹੋਵਾਂ ਪਰ ਸਭ ਤੋਂ ਚੰਗੇ ਮਨੁੱਖ ਦੀ ਚੰਗੀ ਆਵਾਜ਼ ਅਗੇ ਕੰਨ ਕੀਕੂ ਬੰਦ ਕਰਾਂ ਮੈਂ ਫਿਰ ਹਿਆ ਕਰਕੇ ਆਖਿਆ ਬਸ ਕਰ ਏ ਉੱਚੇ ਆਦਮੀ ਹੋਰ ਨਾ ਕਹੋ ਮੇਰਾ ਹਾਲ ਬੁਰਾ ਹੋ ਗਿਆ ਹੈ ਇਹ ਆਤਮਾ ਮੈਂ ਨਾ ਹੋਵਾਂ ਮੈਨੂੰ ਉਸ ਡਰ ਤੋਂ ਬਚਾ ਜੋ ਇਸ ਖਿਆਲ ਵਿੱਚ ਗਿਆ ਮੈਨੂੰ ਲੱਗਦਾ ਹੈ ਪਰ ਉਸਨੇ ਫੇਰ ਕਿਹਾ ਤੂੰ ਆਤਮਾ ਹੈ ਜਿਵੇਂ ਤੂੰ ਤੀਰ ਨਹੀਂ ਤੂੰ ਤੀਰ ਕਮਾਨ ਨਹੀਂ ਪਰ ਤੂੰ ਤੀਰ ਚਲਾਉਣ ਵਾਲੀ ਹੈ ਤੂੰ ਰੋਟੀ ਨਹੀਂ ਤੂੰ ਖਾਣ ਵਾਲੀ ਹੈ ਤੂੰ ਦੇਹ ਨਹੀਂ ਦੇਹ ਦੀ ਟੋਰਣ ਵਾਲੀ ਹੈ ਤੂੰ ਮਨ ਨਹੀਂ ਪਰ ਮਨ ਨੂੰ ਹਾਂਕੜ ਵਾਲੀ ਹੈ ਤੂੰ ਆਪੇ ਕਹਿੰਦੀ ਹੈ ਕਿ ਨਹੀਂ ਮੇਰਾ ਮਨ ਅੱਜ ਖੁਸ਼ ਹੈ ਅੱਜ ਦਿਲਗੀਰ ਹੈ ਸੋ ਤੂੰ ਮਨ ਨਹੀਂ ਪਰ ਮਨ ਦੀ ਮਾਲਕ ਹੈ ਹਾਂ ਤੂੰ ਚਰਖਾ ਨਹੀਂ ਪਰ ਚਰਖੇ ਨੂੰ ਕੱਤਣ ਵਾਲੀ ਹੈ ਏ ਸੁੰਦਰੀ ਤੂੰ ਸੁੰਦਰ ਨਹੀਂ ਪਰ ਸੁੰਦਰਤਾ ਤੇਥੋਂ ਨਿਕਲਦੀ ਹੈ ਤੂੰ ਥੋਪ ਨਹੀਂ ਪਰ ਸੂਰਜ ਹੈ ਤੂੰ ਚਾਂਦਨੀ ਨਹੀਂ ਪਰ ਚੰਦ ਹੈ ਏ ਚੰਗੀਏ ਤੇਵੇਂ ਤੂੰ ਦੇਹ ਨਹੀਂ ਪਰ ਆਤਮਾ ਹੈ ਏ ਮੈਂ ਟਕ ਬਨ ਕੇ ਮਨ ਜੋੜ ਕੇ ਬੇਵੱਸ ਹੋ ਕੇ ਸੁਣਿਆ ਪਰ ਸੁਣਦਿਆਂ ਸੁਣਦਿਆਂ ਐਤ ਕੀ ਮੈਨੂੰ ਚੱਕਰ ਆ ਗਿਆ ਅੱਖਾਂ ਬੰਦ ਹੋ ਗਈਆਂ ਜ਼ਮੀਨ ਅਸਮਾਨ ਮਾਨੋ ਉਲਟ ਗਏ ਮੈਂ बेहोश ਹੋ ਕੇ ਉਸ ਦੇ ਪੈਰਾਂ ਤੇ ਡਿੱਗ ਪਈ ਮੈਨੂੰ ਪਤਾ ਨਹੀਂ ਰਿਹਾ ਕਿ ਮੈਂ ਹਾਂ ਕਿ ਨਹੀਂ ਚਿਰ ਪਿੱਛੋਂ ਜਾ ਮੈਂ ਉੱਠੀ ਤਾਂ ਮੈਂ ਡਰ ਨਾਲ ਕੰਬ ਰਹੀ ਸੀ ਕੀ ਮੇਰੇ ਸਿਰ ਤੇ ਇਤਨਾ ਪਰਬਤ ਪੈਣਾ ਹੈ ਕਿ ਮੈਂ ਆਤਮਾ ਹੋਣਾ ਹੈ ਜਿਵੇਂ ਇਹ ਆਖਦਾ ਹੈ ਇਹ ਤਾਂ ਬੜਾ ਔਖਾ ਹੈ ਪਰ ਇਹ ਜੋ ਸਭ ਤੋਂ ਚੰਗਾ ਮਨੁੱਖ ਹੈ ਆਖਦਾ ਹੈ ਇਹ ਚੰਗਾ ਹੀ ਹੋਣਾ ਹੈ ਮੈਂ ਤਾਂ ਡੋਰ ਭੋਰੀ ਹੁੰਦੀ ਹਾਂ ਡਰਦੀ ਹਾਂ ਕਿ ਜੇਕਰ ਇਹ ਕੁਛ ਮੈਂ ਹਾਂ ਤਾਂ ਮੈਂ ਤਾਂ ਬਹੁਤ ਨਿਤਾਣੀ ਹਾਂ ਕੌਣ ਇਸ ਭਾਰ ਨੂੰ ਚੱਲੇਗਾ ਕਿ ਮੈਂ ਆਤਮਾ ਹਾਂ ਇਸ ਉੱਚੇ ਪਰਬਤ ਦੀ ਸ਼ਿਖਰ ਵੱਲ ਤੱਕਿਆ ਮੇਰੀ ਨਜ਼ਰ ਪਾੜਦੀ ਹੈ ਮੈਂ ਜਦ ਇਹ ਸੁਣਦੀ ਹਾਂ ਤਾਂ ਅੰਦਰੋਂ ਫੈਲੜਦੀ ਹਾਂ ਫਿਰ ਮੈਂ ਕਬਰਾ ਜਾਂਦੀ ਮੈਂ ਹੁਣ ਤੱਕ ਹੱਸਦੀ ਖੇਡਦੀ ਲਾਡਾਂ ਵਿੱਚ ਪੱਲੀ ਖੁਸ਼ੀ-ਖੁਸ਼ੀ ਰਹਿੰਦੀ ਹੋਂ ਦੀ ਸਾਂ ਕਿ ਇਹ ਮੇਰੇ ਚਾਓ ਮਲਾਰ ਤੇ ਖੁਸ਼ੀਆਂ ਉਪਰੀਆਂ ਹਨ ਹਾਏ ਮੇਰਾ ਕਲੇਜਾ ਫਿਰ ਟੁੱਟ ਗਿਆ ਬਨਾਂ ਦੇ ਹਰਨ ਠੰਡੀਆਂ ਛਾਵਾਂ ਵਗਦੇ ਪਾਣੀ ਸਖੀਆਂ ਦੇ ਝੁੰਡ ਮੁਸ਼ਕਣ ਘੋੜੀ ਉੱਤੇ ਬੈਠੀ ਮੈਂ ਹੱਥ ਵਿੱਚ ਤੀਰ ਕਮਾਨ ਤਾਂਗਾ ਤਾਂਗ ਦੀ ਮਾਂ ਤੇਰਾ ਉਡੀਕਦਾ ਬਾਪੂ ਮੱਥੇ ਟੇਕ ਦੀ ਪਰਜਾ ਕਿ ਇਹ ਸਾਰਾ ਸੰਸਾਰ ਮੇਰੇ ਸ਼ਰੀਰ ਲਈ ਹੈ ਓਪਰਾ ਹੈ ਕਿਉਂ ਜੋ ਇਹ ਆਖਦਾ ਹੈ ਕਿ ਤੂੰ ਸ਼ਰੀਰ ਨਹੀਂ ਹੈ ਤੇ ਜੇ ਮੈਂ ਸ਼ਰੀਰ ਨਹੀਂ ਹਾਂ ਤਾਂ ਇਹ ਸਰੀਰ ਨੂੰ ਚੰਗੇ ਲੱਗਣ ਵਾਲੇ ਸਾਰੇ ਔਡੰਬਰ ਵੀ ਮੇਰੇ ਨਾ ਹੋਏ ਹਾਏ ਹਾਏ ਤਾਂ ਮੈਂ ਇਕੱਲੀ ਹਾਂ ਜੇ ਸਰੀਰ ਮੇਰਾ ਨਹੀਂ ਤਾਂ ਮਾਂ ਤੇ ਬਾਪੂ ਜੀ ਵੀ ਮੇਰੇ ਨਹੀਂ ਤੇ ਉਹ ਮੇਰੇ ਨਹੀਂ ਤਾਂ ਸਾਰੇ ਸੁੱਖ ਤੇ ਖੁਸ਼ੀਆਂ ਜੋ ਉਹ ਦੇਂਦੇ ਹਨ ਸਾਥ ਤੇ ਸਖੀਆਂ ਮੇਰੇ ਨਾ ਹੋਏ ਹਾਏ ਜੇ ਮੈਂ ਆਤਮਾ ਹਾਂ ਤਾਂ ਮੈਂ ਇਕੱਲੀ ਹਾਂ ਇਸ ਵੇਲੇ ਮੇਰੀਆਂ ਅੱਖਾਂ ਅੱਗੇ ਇੱਕਲ ਰੂਪ ਬਣ ਕੇ ਆ ਗਈ ਤਦੋਂ ਮੈਂ ਖੁਸ਼ੀਆਂ ਦੇ ਭੰਗੂੜੇ ਝੂਟਣ ਵਾਲੀ ਅਲੜ ਤੇ ਮੂਲੋਂ ਅਣਜਾਣ ਕੀ ਜਾਣਦੀ ਸਾਂ ਕਿ ਕੁਝ ਹੋਰ ਗੱਲ ਵੀ ਹੈ ਚੰਗੇ ਦੀ ਗੱਲ ਸੋਚਦਿਆਂ ਮੇਰੇ ਉਦਾਲੇ ਇੱਕਲ ਆ ਗਈ ਇਸ ਇੱਕਲ ਨੇ ਮੇਰੇ ਉੱਤੇ ਉਹ ਡਰ ਪਾਇਆ ਕਿ ਮੈਨੂੰ ਕੁਝ ਨਾ ਦਿਸੇ ਕਲੇਜਾ ਕੰਬੇ ਲੂ ਕੰਡੇ ਹੋ ਗਏ ਰੋਮਾਂ ਤੇ ਪੁੱਭਾਂ ਮਾਰਾਂ ਤੇ ਅੱਖਾਂ ਹਾਏ ਮੈਂ ਕਿਵੇਂ ਆਤਮਾ ਨਾ ਹੋ ਜਿਉਂ-ਜਿਉਂ ਮੈਂ ਸਹਿਮ ਖਾਵਾਂ ਤੇ ਡਰਾਂ ਤਿਉਂ-ਤਿਉਂ ਉਹ ਇਕਲ ਵੱਧਦੀ ਜਾਵੇ ਤੇ ਮੈਂ ਟੁੱਟਦੀ ਜਾਵਾਂ ਕਿੰਨੇ ਚਿਰ ਮਗਰੋਂ ਮੇਰੀਆਂ ਅੱਖਾਂ ਖੁੱਲੀਆਂ ਹੁਣ ਮੈਂ ਉੱਠਣਾ ਚਾਹਾਂ ਪਰ ਹੁਣ ਕੋਣ ਉੱਠੇ ਜਿਨ੍ਹਾਂ ਮੇਰੀਆਂ ਲੱਤਾਂ ਨੇ ਸਾਰਾ-ਸਾਰਾ ਦਿਨ ਬਣ ਕੇ ਅੱਛੇ ਸਨ ਉੱਠਣਾ ਭੁੱਲ ਗਈਆਂ ਜਿਨ੍ਹਾਂ ਮੇਰੀਆਂ ਬਾਹਾਂ ਨੇ ਸ਼ੇਰ ਮਾਰੇ ਸਨ ਜ਼ਮੀਨ ਤੇ ਟੇਕ ਧਾਰ ਕੇ ਆਸਰਾ ਦੇਣਾ ਵਿਸਾਰ ਬੈਠੀਆਂ ਫਿਰ ਮੈਨੂੰ ਖਿਆਲ ਆਇਆ ਕਿ ਮੈਂ ਬੇਦੋਸ਼ ਤੇ ਸਭ ਤੋਂ ਚੰਗੇ ਮਨੁੱਖ ਨੂੰ ਮਾਰਿਆ ਹੈ ਮੈਂ ਪਾਪ ਕੀਤਾ ਹੈ ਮੇਰੇ ਪਾਪ ਦਾ ਡੰ ਮੈਨੂੰ ਇਸਨੇ ਇਹ ਦਿੱਤਾ ਹੈ ਜੋ ਮੈਨੂੰ ਇਕੱਲਾ ਕਰ ਦਿੱਤਾ ਸ ਹਾਏ ਹੁਣ ਮੈਂ ਸਦਾ ਦੁੱਖ ਭਰਾਂਗੀ ਮੈਂ ਆਪ ਨੂੰ ਇਸੇ ਕੱਲ ਵਿੱਚ ਸਦਾ ਵੇਖਾਂਗੀ ਕੋਈ ਮੇਰਾ ਨਹੀਂ ਮੈਂ ਇਕੱਲੀ ਹਾਂ ਹਾਏ ਹੁਣ ਤੋਂ ਮੈਂ ਨਿਤ ਰੋਇਆ ਕਰਾਂਗੀ ਤੇ ਇਕੱਲੀ ਦਿਨ ਕੱਟੀ ਕਰਾਂਗੀ ਮੇਰੇ ਦਿਨ ਕੀ ਕੂ ਲੰਗਿਆ ਕਰਨਗੇ ਮੇਰੀ ਰਾਤ ਕੀ ਕੂੰ ਬੀਤਿਆ ਕਰੇਗੀ ਜਦ ਸਾਰੇ ਹੀ ਮੇਰੇ ਨਹੀਂ ਤਦ ਓਪਰਿਆਂ ਦੇ ਸੁੱਖ ਮੈਂ ਕੀ ਕੂ ਲਵਾਂਗੀ ਨਾਲੇ ਉਹ ਆਖਦਾ ਹੈ ਤੂੰ ਸੁੱਖ ਦਿਆ ਕਰ ਲਿਆ ਨਾ ਕਰ ਕਿਡੀ ਅਨਹੋਣੀ ਗੱਲ ਆਖੀ ਸੋ ਜਦ ਸਰੀਰ ਵੀ ਮੇਰਾ ਨਹੀਂ ਤਾਂ ਮੈਂ ਕਿਸੇ ਨੂੰ ਦਇਆ ਕੀ ਕਰਾਂ ਹੁੰਦਾ ਤਾਂ ਕੋਈ ਵੰਡਾਵੇ ਜਦ ਮੇਰੇ ਕੋਲ ਹੋਇਆ ਹੀ ਕੁਛ ਨਾ ਤਾਂ ਮੈਂ ਵੰਡ ਵੰਡਾ ਕੇ ਦੇਾਂਗੀ ਕੀ ਹੁਣ ਫਿਰ ਮੇਰੀਆਂ ਅੱਖਾਂ 'ਗੇ ਹਨੇਰਾ ਉੱਠਿਆ ਔਰ ਸਭ ਕੁਝ ਲੋਪ ਹੋ ਗਿਆ ਮੈਂ ਇਕੱਲੀ ਹਨੇਰੇ ਵਿੱਚ ਰਹਿ ਗਈ ਇਸ ਵੇਲੇ ਮੈਂ ਇਤਨਾ ਡਰੀ ਕਿ ਮੇਰੀਆਂ ਚੀਕਾਂ ਨਾਲ ਸਾਰਾ ਘਰ ਗੂੰਜ ਉੱਠਿਆ ਮਾਂ ਭਾਜੀ ਆਈ ਤੇ ਮੈਨੂੰ ਝੋਲੀ ਵਿੱਚ ਪਾ ਲਿਆ ਮੇਰਾ ਮੱਥਾ ਚੁੰਮੇ ਅੱਖਾਂ ਪੂੰਜੇ ਘੁੱਟੇ ਪਿਆਰ ਦੇਵੇ ਤੇ ਬਲਾਵਾਂ ਲਵੇ ਪਰ ਮੈਨੂੰ ਸੁਰਤ ਨਾ ਆਵੇ ਮੇਰੇ ਕਲੇਜੇ ਧੜਕਦੇ ਦੀ ਆਵਾਜ਼ ਮਾਂ ਦੇ ਕੰਨਾਂ ਵਿੱਚ ਪਹੁੰਚੇ ਮਾਂ ਨੇ ਮੇਰਾ ਮੂੰਹ ਤੋਤਾ ਮੇਰੇ ਅੰਦਰ ਪਾਣੀ ਦਾ ਘੁੱਟ ਪਾਇਆ ਤੇ ਪੁੱਛੇ ਕੀ ਹੋਇਆ ਹੈ ਜਾਂ ਮੈਂ ਅੱਖਾਂ ਖੋਲੀਆਂ ਤਾਂ ਆਖਿਆ ਅਮੀਏ ਮੈਨੂੰ ਛੱਡ ਦੇ ਤੂੰ ਮੇਰੀ ਨਹੀਂ ਹੈ ਨਾਲੇ ਮੈਂ ਤੇਰੇ ਦਿੱਤੇ ਸੁੱਖਾਂ ਨੂੰ ਲੈਣਾ ਨਹੀਂ ਹੈ ਅਮੀ ਬਲਾਵਾ ਲੈ ਕੇ ਕਹਿਣ ਲੱਗੀ ਧੀਏ ਕਿਉਂ ਤਾਂ ਮੈਂ ਆਖਿਆ ਅਮਾ ਮੈਂ ਸ਼ਰੀਰ ਨਹੀਂ ਮੈਂ ਮੈਂ ਆਤਮਾ ਹਾਂ ਤੇ ਇਸ ਕਰਕੇ ਇਕੱਲੀ ਹਾਂ ਤੇ ਇਕੱਲਿਆਂ ਮੈਨੂੰ ਡਰ ਲੱਗਦਾ ਹੈ ਉਹ ਡਰ ਮੈਨੂੰ ਖਾ ਰਿਹਾ ਹੈ ਤੇ ਖਾ ਜਾਵੇਗਾ ਜਾ ਮਾਂ ਤੂੰ ਸੋ ਮੈਨੂੰ ਚੰਗੇ ਮਨੁੱਖ ਨੇ ਮੇਰੇ ਅਪਰਾਧ ਦਾ ਦੰਦ ਦਿੱਤਾ ਹੈ ਹੁਣ ਮੈਨੂੰ ਇਕਲਪੇ ਹੀ ਖਾਂਦੀ ਹੈ ਤੂੰ ਜਾ ਮੈਂ ਉਸ ਨੂੰ ਆਖਦੀ ਆ ਕਿ ਤੀਰ ਲੈ ਕੇ ਮੈਨੂੰ ਖੋਬ ਦੇਵੇ ਮੈਂ ਇਸ ਤਰ੍ਹਾਂ ਮਰਨ ਨੂੰ ਤਿਆਰ ਹਾਂ ਪਰ ਇਹ ਆਤਮਾ ਬਣ ਕੇ ਇਕਲ ਦੇ ਹੱਥੋਂ ਇਸ ਤਰ੍ਹਾਂ ਮਰਨਾ ਬੜੀ ਪੀੜ ਦਿੰਦਾ ਹੈ ਜੋ ਪੀੜ ਕੇ ਚੱਲੀ ਨਹੀਂ ਜਾਂਦੀ ਇਹ ਸੁਣ ਕੇ ਮਾਂ ਨੂੰ ਰੋ ਚੜ ਗਿਆ ਕਹਿਣ ਲੱਗੀ ਹੁਣੇ ਇਸ ਕਮਲੇ ਨੂੰ ਕਬਰਿਸਤਾਨ ਭੇਜ ਕੇ ਜੀਵਦਾ ਦਵਾ ਦੇਂਦੀ ਹਾਂ ਜੋ ਮੇਰੀ ਸੁਖੇ ਲੱਦੀ ਧੀ ਨੂੰ ਡਰਾਉਂਦਾ ਹੈ ਔਰ ਨਿਰਭੈ ਸ਼ੇਰ ਬਚੜੀ ਦਾ ਕਲੇਜਾ ਕੱਢ ਰਿਹਾ ਹੈ ਇਸ ਡੈਣ ਬਾਵੇ ਦੇ ਹੁਣੇ ਡਕਰੇ ਕਰਾਉਂਦੀ ਹਾਂ ਇਹ ਸੁਣ ਕੇ ਮੇਰੀ ਜਾਨ ਨਿਕਲੀ ਮੈਂ ਦੋਸ਼ੀ ਟੈਲਣ ਵਾਂਗ ਮਾਂ ਦੇ ਪੈਰ ਫੜ ਲਏ ਤੇ ਆਖਿਆ ਅਮੀ ਹੋਰ ਪਾਪ ਨਾ ਕਰੀ ਮੈਂ ਪਾਪ ਕੀਤਾ ਹੈ ਬਦਲਾ ਦੇਣਾ ਹੈ ਇਹੋ ਗੱਲ ਪੰਡਿਤ ਜੀ ਆਖਦੇ ਹੁੰਦੇ ਸਨ ਕਿ ਨਾ ਫਿਰ ਤੁਸੀਂ ਕਿਉਂ ਇਸ નિર્ਦੋਸ਼ੇ ਨੂੰ ਹੋਰ ਦੁੱਖ ਦਿੰਦੇ ਹੋ ਜਿਸ ਨੂੰ ਮੈਂ ਅੱਗੇ ਦੁੱਖ ਦਿੱਤਾ ਹੈ ਤੇ ਹੁਣ ਪਾਪ ਦਾ ਫਲ ਮੈਨੂੰ ਲੱਗਾ ਹੈ ਕਿ ਮੈਂ ਇਕੱਲੀ ਹੋ ਗਈ ਹਾਂ ਮੈਂ ਤਾਂ ਫਲ ਭੋਗਾਂਗੀ ਪਰ ਤੂੰ ਜਾ ਆਰਾਮ ਕਰ ਜਾ ਅਮੀ ਤੂੰ ਜਾ ਮਾਂ ਜਾਵੇ ਨਾ ਦੰਧੀਆਂ ਕਰੀਚੇ ਤੇ ਮੈਂ ਟੋਰਾ ਛੇਕੜ ਮੈਂ ਕਿਹਾ ਜੇ ਤੂੰ ਸਾ ਇਸ ਚੰਗੇ ਮਨੁੱਖ ਨੂੰ ਕੁਛ ਆਖਿਆ ਤਾਂ ਮੈਂ ਆਪੇ ਆਪਣੇ ਕਲੇਜੇ ਵਿੱਚ ਤੀਰ ਖੋਬ ਲਾਵਾਂਗੀ ਤਾਂ ਮਾਂ ਟੱਲੀ ਪਰ ਪੀਤੀ ਹੋਈ ਹੀ ਗਈ ਹੁਣ ਮੈਂ ਉਸ ਇਕਲ ਦੇ ਸਹਿਮ ਵਿੱਚ ਬੈਠੀ ਸਾਂ ਤੂੰ ਆਤਮਾ ਹੈ ਇਹ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ ਕਿ ਅਚਾਨਕ ਚੇਤਾ ਆਇਆ ਕਿ ਚੰਗੇ ਮਨੁੱਖ ਨੇ ਤਾਂ ਗੱਲਾਂ ਵੀ ਕੀਤੀਆਂ ਸਨ ਕਿ ਤੂੰ ਉੱਚੀ ਹੈ ਮੈਂ ਉੱਚੀ ਹਾਂ ਪਰਬਤ ਦੀ ਚੋਟੀ ਉੱਚੀ ਹੁੰਦੀ ਹੈ ਸੋ ਵੀ ਇਕੱਲੀ ਤੇ ਉਜਾੜ ਹੁੰਦੀ ਹੈ ਬੱਦਲ ਉੱਚੇ ਹੁੰਦੇ ਹਨ ਪਰ ਸੁਨਸਾਨ ਹਨ ਚੰਦ ਉੱਚਾ ਹੈ ਪਰ ਉਹ ਵੀ ਇਕੱਲਾ ਹੈ ਸੂਰਜ ਉੱਚਾ ਹੈ ਸੋ ਵੀ ਇਕੱਲਾ ਹੈ ਜੇ ਮੈਂ ਉੱਚੀ ਹੋਈ ਤਾਂ ਵੀ ਇਕੱਲੀ ਹੀ ਹੋਈ ਨਾ ਹਾਏ ਮੈਂ ਕੀ ਕਰਾਂ ਇਕੱਲ ਖਾਂਦੀ ਹਾਂ ਤੂੰ ਆਤਮਾ ਹੈ ਤੇਰੇ ਵਿੱਚ ਮੂੰਹ ਨਹੀਂ ਤਦੇ ਮੈਂ ਅਜਮਾਨ ਨੂੰ ਗੁੱਸੇ ਕਰ ਲਿਆ ਹੈ ਚੰਗੇ ਨੇ ਕਿਹਾ ਸੀ ਤੂੰ ਬੇਲੋੜ ਹੈ ਬੇਲੋੜ ਹੋ ਅਚਾਹ ਹੋ ਪਰ ਮੈਨੂੰ ਰੋਟੀ ਦੀ ਤਾਂ ਲੋੜ ਹੈ ਇਸ ਤੋਂ ਬੇਲੋੜ ਕੀ ਕਹੂੰਮ ਤੇ ਜੇ ਮੇਰਾ ਕੋਈ ਨਹੀਂ ਫਿਰ ਮੈਂ ਰੋਟੀ ਕਿੱਥੋਂ ਖਾਵਾਂਗੀ ਕੋਈ ਬੋੜ ਹੋਵੇ ਮੈਨੂੰ ਹਾਏ ਮੈਂ ਕਿਵੇਂ ਆਤਮਾ ਨਾ ਹੋਵਾਂ ਮੈਂ ਸੁਖ ਦਿਆ ਕਰਾਂਗੀ ਲਵਾਂਗੀ ਨਹੀਂ ਰੋਟੀ ਆਪ ਪਕਾਵਾਂਗੀ ਪਾਣੀ ਆਪ ਪਰਾਂਗੀ ਮੰਜਾ ਆਪ ਡਾਵਾਂਗੀ ਕੱਪੜੇ ਆਪ ਧੋਵਾਂਗੀ ਪਰ ਇਹ ਵੀ ਕੀ ਕੁ ਕਰਾਂਗੀ ਮੈਂ ਜਦ ਦੇ ਨਹੀਂ ਤਾਂ ਦੇ ਦੇ ਕੰਮ ਕੀ ਕੁ ਕਰਾਂਗੀ ਆਤਮਾ ਹ ਸਭ ਤੋਂ ਅਡ ਹ ਸ਼ਰੀਰ ਤੋਂ ਅਡ ਹੋਈ ਹੁਣ ਮੈਂ ਇਸੇ ਧਨ ਵਿੱਚ ਇਕੱਲੀ ਰਹਾਂਗੀ ਤੇ ਇੱਕਲ ਮੈਨੂੰ ਖਾਇਆ ਕਰੇਗੀ ਤੇ ਮੈਂ ਸੁੱਕ ਕੇ ਮਰ ਜਾਵਾਂਗੀ ਮੈਂ ਇਹਨਾਂ ਵਹਿਮਾਂ ਵਿੱਚ ਰੁੱੜ ਰਹੀ ਸੀ ਤਾਂ ਕਿ ਚੰਗੇ ਮਨੁਖ ਦੇ ਫਿਰ ਨੈਣ ਖੁੱਲੇ ਤੇ ਧੱਕੇ ਮੁਸਕਰਾਏ ਬੁਲ ਮੁਸਕਰਾਏ ਤੇ ਨੈਣ ਮੈਵਲ ਭਰ ਕੇ ਧੱਕੇ ਤਮ ਇਹਨੂੰ ਜਾਨ ਪਹਿ ਗਈ ਉਸ ਵੇਲੇ ਇਕਲ ਮੇਰੀ ਨਸ ਗਈ ਤੇ ਮੈਨੂੰ ਖੁਸ਼ੀ ਆ ਗਈ ਮੈਂ ਕੋਲ ਜਾ ਕੇ ਹੱਥ ਜੋੜੇ ਤਾਂ ਫਿਰ ਉਸਨੇ ਕਿਹਾ ਤੂੰ ਆਤਮਾ ਹੈ ਪਰ ਇਕਲ ਤੈਨੂੰ ਨਹੀਂ ਖਾ ਸਕਦੀ ਮੈਂ ਕਿਹਾ ਹੈ ਚੰਗੇ ਮਨੁਖ ਕਹੋ ਮੈਂ ਆਤਮਾ ਨਹੀਂ ਇਹ ਸਜ਼ਾ ਮੇਰੇ ਚੱਲਣ ਦੀ ਨਹੀਂ ਮੈਨੂੰ ਕੈਦ ਕਰ ਔਰ ਕਹੋ ਤੂੰ ਮੇਰੀ ਗੁਲਾਮ ਹੈ ਹਰ ਦਮ ਮੇਰੇ ਨਾਲ ਰਹੋ ਤੇ ਸੇਵਾ ਕਰ ਮੈਂ ਕਰਾਂਗੀ ਜਾਂ ਤੀਰ ਲੈ ਤੇ ਖੋਪ ਦੇ ਮੇਰੇ ਕਲੇਜੇ ਮੈਂ ਖੁਬਾਵਾਂਗੀ ਤੇ ਖੁਸ਼ੀ ਨਾਲ ਮਰਾਂਗੀ ਪਰ ਮੈਨੂੰ ਆਤਮਾ ਨਾ ਕਹੋ ਉਸ ਫਿਰਨੈਣ ਮੀਟੇ ਚਿਰ ਪਿੱਛੋਂ ਖੋਲੇ ਤੇ ਕਿਹਾ ਤੂੰ ਇਕੱਲੀ ਨਹੀਂ ਹੈ ਤੇਰੇ ਨਾਲ ਨਿਰੰਕਾਰ ਹੈ ਮੈਰੋ ਰੋ ਕੇ ਕਿਹਾ ਮੇਰੇ ਨਾਲ ਤੂੰ ਰਹੋ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ ਸਭ ਤੋਂ ਚੰਗਾ ਤੂੰ ਹੈ ਤੇਥੋਂ ਚੰਗਾ ਹੋਰ ਕੋਈ ਨਹੀਂ ਮੈਨੂੰ ਮੈਂ ਆਤਮਾ ਹਾਂ ਤੇ ਮੇਰੇ ਨਾਲ ਕੋਈ ਨਿਰੰਕਾਰ ਹੈ ਦੀ ਲੋੜ ਨਹੀਂ ਉਸਨੇ ਕਿਹਾ ਮੈਂ ਆਤਮਾ ਹਾਂ ਪਰਮਾਤਮਾ ਮੇਰੇ ਨਾਲ ਹੈ ਤੂੰ ਆਤਮਾ ਹੈ ਪਰਮਾਤਮਾ ਤੇਰੇ ਨਾਲ ਹੈ ਮੈਂ ਹੁਣ ਹੋਰ ਸਹਿਮੀ ਉਸਨੇ ਫਿਰ ਆਖਿਆ ਪਰਮਾਤਮਾ ਹਰਦਮ ਤੇਰੇ ਨਾਲ ਹੈ ਤੂੰ ਉਸਵਾਲ ਨਹੀਂ ਤੱਕਦੀ ਉਹ ਤੈਨੂੰ ਦੇਖਦਾ ਹੈ ਤੂੰ ਸੌਂ ਜਾਂਦੀ ਹੈ ਉਹ ਜਾਗਦਾ ਹੈ ਤੂੰ ਜੋ ਕਰਦੀ ਹੈ ਉਹ ਦੇਖਦਾ ਹੈ ਜੋ ਸੋਚਦੀ ਹੈ ਉਹ ਜਾਣਦਾ ਹੈ ਪਰ ਤੂੰ ਉਸ ਨੂੰ ਨਹੀਂ ਦੇਖਦੀ ਨਾ ਜਾਣਦੀ ਹੁਣ ਮੇਰੇ ਤੇ ਹੋਰ ਡਰ ਛਾਇਆ ਮੈਂ ਦਿਲ ਨੂੰ ਕਿਹਾ ਮੇਰੇ ਨਾਲ ਕੋਈ ਲੁੱਕ ਕੇ ਰਹਿੰਦਾ ਹੈ ਜੋ ਮੇਰੇ ਸਾਰੇ ਕੰਮਾਂ ਨੂੰ ਵੇਂਦਾ ਹੈ ਦਿਸਦਾ ਨਹੀਂ ਪਰ ਦੇਖਦਾ ਹੈ ਸੋ ਫਿਰ ਨਾਲ ਤਾਂ ਹੋਇਆ ਪਰ ਨਾ ਹੋਇ ਜਿਆ ਹੋਇਆ ਹਾਏ ਮੈਂ ਕਿਵੇਂ ਆਤਮਾ ਨਾ ਹੋਵਾਂ ਜੇ ਉਹ ਵੇਂਦਾ ਜਾਣਦਾ ਤੇ ਸੁਣਦਾ ਹੈ ਤਾਂ ਮੈਂ ਹਰ ਕੰਮ ਕਰਨ ਲੱਗਿਆ ਅੱਜ ਕਿਆ ਕਰਾਂਗੀ ਬੋਲਣ ਲੱਗੇ ਸੋਚਿਆ ਕਰਾਂਗੀ ਤੇ ਸੋਚਣ ਲੱਗਿਆ ਕੀ ਕਰਿਆ ਕਰਾਂਗੀ ਡੁੱਬ ਜਾਇਆ ਕਰਾਂਗੀ ਫਿਰ ਮੈਂ ਉਸ ਨੂੰ ਕਿਹਾ हे ਚੰਗੇ ਮਨੁੱਖ ਮੈਂ ਪਾਪ ਕੀਤਾ ਹੈ ਮੈਨੂੰ ڈن ਦੇ ਪਰ ਐਡਾ ਕਰੜਾ ਨਾ ਦੇ ਪਰ ਉਸ ਦੀਆਂ ਅੱਖਾਂ ਬੰਦ ਸਨ ਫਿਰ ਸਾਰਾ ਦਿਨ ਨਾ ਖੁੱਲੀਆਂ ਤੇ ਮੈਂ ਡੋਲਦੀ ਡਰਦੀ ਸੋਚਦੀ ਡੁੱਬਦੀ ਤਰਦੀ ਪਰ ਉਸ ਦੇ ਕੋਲ ਹੀ ਬੈਠੀ ਰਹੀ ਪਿਤਾ ਜੀ ਆਏ ਮੈਂ ਭੱਜ ਕੇ ਉਹਨਾਂ ਦੇ ਗਲ ਨਾਲ ਜਾ ਲੱਗੀ ਉਹ ਵੀ ਕੁਝ ਉਦਾਸ ਜਿਹਾ ਐ ਮੇਰਾ ਚਿਹਰਾ ਵੇਖ ਕੇ ਹੋਰ ਉਦਾਸ ਹੋ ਗਏ ਮੈਨੂੰ ਗੱਲ ਆਉਣ ਲੱਗੇ ਤਾਂ ਮੈਂ ਰੱਤਾ ਕੋ ਅਜਕੀ ਪਰ ਉਹਨਾਂ ਨੇ ਜ਼ੋਰੀ ਛਾਤੀ ਨਾਲ ਮੇਰਾ ਸਿਰ ਲਾ ਕੇ ਕੁੱਟਿਆ ਤੇ ਸਿਰ ਤੇ ਹੱਥ ਫੇਰ ਕੇ ਮੈਨੂੰ ਪਿਆਰ ਦਿੱਤਾ ਜਿਸ ਵੇਲੇ ਕਿ ਉਹਨਾਂ ਦੀ ਹੱਥ ਮੇਰੇ ਸਿਰ ਤੇ ਪਿਆਰ ਨਾਲ ਛੋਇਆ ਮੇਰੇ ਡਿਸਕਾਰੇ ਨਿਕਲ ਗਏ ਤੇ ਤਤੇ ਤਤੇ ਹੰਝੂ ਉਹਨਾਂ ਦੀ ਛਾਤੀ ਤੇ ਵਗ ਤੁਰੇ ਇਹ ਵੇਖ ਕੇ ਉਹ ਰਾਠ ਰਾਠਾਂ ਵਿੱਚ ਵੀ ਨਾਮੜਾ ਪਾ ਚੁੱਕਾ ਰਾਠ ਪਿਤਾ ਠੰਡਾ ਸਾਹ ਲੈ ਕੇ ਬੋਲਿਆ ਧੀਏ ਹੋਸ਼ ਕਰ ਤੇਰਾ ਦੁੱਖ ਹੁਣੇ ਦੂਰ ਕਰਾਂ ਪਰ ਤੇਰਾ ਪਿਆਰ ਹੀ ਕੁਝ ਨਹੀਂ ਕਰਨ ਦੇਂਦਾ ਮੈਂ ਕੁਝ ਨਾ ਬੋਲੀ ਮੈਨੂੰ ਇੱਕ ਠੰਡ ਪੈ ਰਹੀ ਸੀ ਪਿਤਾ ਦੇ ਪਿਆਰ ਵਿੱਚ ਇੱਕ ਸੁੱਖ ਮਿਲ ਰਿਹਾ ਸੀ ਮੈਂ ਖੁਸ਼ ਹੋ ਰਹੀ ਸਾਂ ਚੇਤਾ ਆਉਂਦਾ ਸੀ ਕਿ ਸੁੱਖ ਦੇਣਾ ਹੈ ਲੈਣਾ ਨਹੀਂ ਪਰ ਮੈਂ ਐਸੀ ਜੀਪਿਆਣੀ ਹੋ ਚੁੱਕੀ ਸਾਂ ਕਿ ਹੁਣ ਮੈਥੋਂ ਪਿਤਾ ਦੇ ਲਾੜ ਤੇ ਦਿਲਾਸੇ ਦਾ ਸੁਖ ਛੱਡਿਆ ਨਹੀਂ ਸੀ ਜਾਂਦਾ ਮੈਨੂੰ ਹੁਣ ਤਿਰਾਸ ਹੋ ਗਿਆ ਕਿ ਮੈਨੂੰ ਖਾਣ ਵਾਲੀ ਇਕੱਲ ਤੋਂ ਰਾਖੀ ਕਰਨ ਵਾਲੇ ਬਾਪੂ ਜੀ ਆ ਗਏ ਹਨ ਬਾਪੂ ਜੀ ਨੇ ਫਿਰ ਮੈਨੂੰ ਸਮਝਾਇਆ ਜਦ ਮੈਂ ਉਹਨਾਂ ਨੂੰ ਆਪਣਾ ਦੁੱਖ ਦੱਸਿਆ ਉਹ ਹੱਸ ਪਏ ਆਖਣ ਲੱਗੇ ਕਾਕੀ ਤੇਰਾ ਭੋਲਾਪਨ ਤੇਰਾ ਵੈਰੀ ਹੋ ਰਿਹਾ ਹੈ ਮੈਂ ਤੈਨੂੰ ਬੜੀ ਸਾਦਗੀ ਸਿੱਧੇ ਤੇ ਭੋਲੇਪਨ ਵਿੱਚ ਪਾ ਲਿਆ ਹੈ ਤੈਨੂੰ ਦੁਨੀਆ ਤੇ ਦੀਨ ਦੀ ਸਾਰ ਨਹੀਂ ਬੱਚੀਏ ਹੋਸ਼ ਕਰ ਤੇ ਸਮਝ ਜੋ ਕੁਝ ਤੈਨੂੰ ਉਸਨੇ ਆਖਿਆ ਹੈ ਉਸ ਤੋਂ ਮਾਲੂਮ ਹੁੰਦਾ ਹੈ ਕਿ ਉਹ ਸਾਧੂ ਹੈ ਔਰ ਉਸਨੇ ਤੇਰੇ ਤੋਂ ਬਦਲਾ ਨਹੀਂ ਲਿਆ ਜੋ ਗੱਲ ਉਹ ਚੰਗੀ ਜਾਣਦਾ ਸੀ ਉਸਨੇ ਤੈਨੂੰ ਆਖੀ ਹੈ ਤੂੰ ਬੜੀ ਭੋਲੀ ਹੈ ਜੇ ਉਦੋਂ ਇੱਕ ਵੇਰ ਪੰਡਤ ਨੇ ਪਾਪ ਉੰਦੀ ਗੱਲ ਆਖੀ ਸੀ ਤਾਂ ਤੂੰ ਜੀ ਨੂੰ ਲਾ ਲਈ ਤੇ ਉੱਠ ਕੇ ਨਸ ਗਈ ਜੇ ਕੋਈ ਹੋਰ ਗੱਲ ਨਾ ਆਖ ਦੇਵੇ ਜਿਸ ਨਾਲ ਮੇਰਾ ਜੀ ਨਿੱਕਾ ਨਾ ਹੋ ਜਾਵੇ ਤੇ ਜੇ ਇਸ ਨੇ ਕਹਿ ਦਿੱਤਾ ਕਿ ਤੂੰ ਆਤਮਾ ਹੈ ਤਾਂ ਡਰ ਦੇ ਨਾਲ ਹੀ ਸਾਰੀ ਨਪੀੜੀ ਜਾ ਰਹੀ ਹੈ ਕਾਕੀ ਇਹ ਗੱਲਾਂ ਹਨ ਜੋ ਵੇਲੇ ਰਹਿਣ ਵਾਲੇ ਲੋਕ ਸਾਨੂੰ ਸੁਣਾ ਕੇ ਆਪਣੀ ਉਧਰ ਪੂਰਨਾ ਕਰਦੇ ਹਨ ਇਹਨਾਂ ਗੱਲਾਂ ਵਿੱਚ ਕੁਝ ਨਹੀਂ ਹੁੰਦਾ ਤੂੰ ਸਿੱਧੀ ਤੇ ਸਾਫ਼ ਹੈ ਅੰਦਰੋਂ ਬਾਹਰੋਂ ਇੱਕ ਹੈ ਜੋ ਸੁਣ ਲਈ ਹੈ ਉਸ ਦੇ ਮਗਰ ਖਿਆਲ ਵਿੱਚ ਟੁਰ ਪੈਂਦੀ ਹੈ ਤੇ ਸ਼ੁਦੈਣ ਹੋ ਹੋ ਜਾਂਦੀ ਹੈ ਤਕੜੀ ਹੋ ਬਹਾਦਰਾਂ ਦੀ ਸੰਤਾਨ ਬਹਾਦਰ ਹੁੰਦੀ ਹੈ ਕੱਲ ਮੇਰੇ ਨਾਲ ਚੱਲ ਇੱਕ ਸ਼ੇਰ ਨੇ ਬੇਲੇ ਵਿੱਚ ਇੱਕ ਸਿਪਾਈ ਮਾਰਿਆ ਹੈ ਉਸ ਨੂੰ ਭਾਲਣਾ ਹੈ ਤੇ ਮਾਰਨਾ ਹੈ ਸ਼ਿਕਾਰ ਵਿੱਚ ਚੱਲ ਕੇ ਤੇਰਾ ਜੀ ਖੇੜਾਵੇਗਾ ਮੈਂ ਕੁਝ ਬੋਲ ਨਾ ਸਕੀ ਪਰ ਮੈਨੂੰ ਤਰਵਾਸ ਬਹੁਤ ਆ ਰਿਹਾ ਸੀ ਪਿਤਾ ਜੀ ਕੁਛ ਚਿਰ ਪਿਆਰ ਦੇ ਕੇ ਚਲੇ ਗਏ ਫਿਰ ਸੰਧਿਆ ਪੈ ਗਈ ਮੈਂ ਇਸ ਹਾਲ ਵਿੱਚ ਹੀ ਲੇਟ ਗਈ ਲੇਟੀ ਤਾਂ ਨੀਂਦ ਪੈ ਗਈ ਗੁਰੂ ਰੂਪ ਪਿਆਰੀ ਸਾਥ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ